ਯਾਰ ਨਸ਼ਾ ਤਸਕਰਾਂ ਨੂੰ ਫੜ ਕੇ ਫਾਹੇ ਲਾਓ, ਲੁੱਟਾਂ ਗੋਹਾਂ ਬੰਦ ਕਰੋ, ਲੁੱਟਾਂ ਗੋਹਾਂ ਬੰਦ ਕਰੋ, ਚੋਰਾਂ ਨੂੰ ਫੜ ਕੇ ਫਾਹੇ ਲਾਓ, ਫਾਹੇ ਲਾਓ, ਚੋਰਾਂ ਨੂੰ ਫੜ ਕੇ ਫਾਹੇ ਲਾਓ, ਇਲਾਕੇ ਵਿੱਚ ਹੋ ਰਹੀਆਂ ਲੁੱਟਾਂ ਗੋਹਾਂ ਬੰਦ ਕਰੋ, ਬੰਦ ਕਰੋ, ਬੰਦ ਕਰੋ, ਬੰਦ ਕਰੋ, ਕਰਨ ਵਾਲੇ ਚੋਰਾਂ ਨੂੰ ਫੜ ਕੇ ਫਾਹੇ ਲਾਓ, ਲੁੱਟਾਂ ਗੋਹਾਂ ਬੰਦ ਕਰੋ, ਇਲਾਕੇ ਵਿੱਚ ਨਸ਼ਾ ਤਸਕਰਾਂ ਨੂੰ ਫੜ ਕੇ ਫਾਹੇ ਲਾਓ, ਚੋਰੀਆਂ ਕਰਨ ਵਾਲੇ ਚੋਰਾਂ ਨੂੰ ਫੜ ਕੇ ਫਾਹੇ ਲਾਓ। ਦੂਜੀ ਪਾਰਟੀ ਦੇ ਪਰਚਾ ਕਰੋ ਜਿਨ੍ਹਾਂ ਨੇ ਕੰਧਾਂ ਢਾਈਆਂ ਨੇ, ਅਜੇ ਪਰਚੇ ਦੀ ਕਾਰਵਾਈ ਚੱਲਦੀ ਸੀ, ਕਿਸੇ ਦਾ ਫੋਨ ਆ ਗਿਆ, ਉੱਥੇ ਢਿੱਲੂ ਪੈ ਗਈ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਜਦੋਂ ਇਹ ਉਹੀ ਢਾਈ ਹੋਈ ਕੰਮ ਨੂੰ ਦੁਬਾਰਾ ਆਪਣੀਆਂ ਬੇਟੀਆਂ ਦੇ ਨਾਲ ਕਰਨ ਲੱਗੇ, ਇਹਨਾਂ ਦਾ ਹਸਬੈਂਡ ਸੀ, ਬੇਟੀਆਂ ਸੀ, ਤੇ ਉਹਨਾਂ ਨੇ ਜਨਰਲ ਦਾ ਮੁੰਡਾ ਸੱਦ ਕੇ ਉਹਨਾਂ ਕੋਲੋਂ ਇਹਨਾਂ ਦੀਆਂ ਬੇਟੀਆਂ ਵੀ ਕਟਾਈਆਂ, ਇਹਨਾਂ ਦਾ ਹਸਬੈਂਡ ਵੀ ਕਟਾਇਆ। ਕੋਈ ਪਰਚਾ ਪੁਲਿਸ ਨੇ ਨਹੀਂ ਕੀਤਾ, ਧੋਰ ਤੱਕ ਪੁਲਿਸ ਭੁੱਲ ਗਏ, ਕੋਈ ਪਰਚਾ ਨਹੀਂ ਹੋਇਆ। ਫਿਰ ਹਾਈ ਕੋਰਟ ਦਾ ਰੁਖ ਕੀਤਾ, ਹਾਈ ਕੋਰਟ ਨੇ ਜਦੋਂ ਦਿੱਤੀਆਂ ਆਪਣੀਆਂ ਗਾਈਡਲਾਈਨ ਤੇ ਹਾਈ ਕੋਰਟ ਦੇ ਰਾਹੀਂ ਐਸ ਐਸ ਪੀ ਸਾਹਿਬ ਨੇ ਇੱਕਾ ਜੀ ਐਫੀਡੈਵਿਟ ਦਿੱਤਾ, ਉਸ ਐਫੀਡੈਵਿਟ ਤੇ ਇਨਕੁਆਇਰੀ ਕਰਕੇ ਐਸ ਐਸ ਪੀ ਸਾਹਿਬ ਕਹਿੰਦੇ ਨੇ ਵੀ ਅਸੀਂ ਪਰਚਾ ਕੀਤਾ ਸੋ ਐਂਡ ਓਪੋਜਿਟ ਪਾਰਟੀ ਤੇ 353 ਬੀ ਤੇ ਬੋਕਸ ਤੋਂ ਲਾ ਕੇ ਪਰਚਾ ਕਰਤਾ ਅਸੀਂ। ਆਹ ਦੇਖੋ ਹਾਈ ਕੋਰਟ ਚ ਦਿੱਤਾ ਐਫੀਡੈਵਿਟ ਐਸ ਐਸ ਪੀ ਸਾਹਿਬ ਵੱਲੋਂ। ਜਦੋਂ ਇਹ ਪਰਚਾ ਹੋ ਗਿਆ, ਚਾਰ ਦਿਨ ਬਾਅਦ ਚੌਂਕੀ ਇੰਚਾਰਜ ਨੇ ਆ ਕੇ ਸਾਡੇ ਉੱਤੇ ਉਹ ਹੀ ਧਾਰਾ ਲਾ ਕੇ ਪਰਚਾ ਕਰ ਦਿੱਤਾ, ਜਦਕਿ ਉਸ ਜਗ੍ਹਾ ਤੇ ਮੈਂ ਅੱਜ ਤੱਕ ਨਹੀਂ ਗਈ। ਮੈਂ ਨਹੀਂ ਗਈ ਉਸ ਜਗ੍ਹਾ ਤੇ, ਚੌਂਕੀ ਇੰਚਾਰਜ ਜਿਹੜੇ ਅਪਰੇ ਦੇ ਚੌਂਕੀ ਇੰਚਾਰਜ ਸੁਖਵਿੰਦਰਪਾਲ ਸੁੱਖੀ, ਉਹ ਆਹ ਪਰਚਾ ਹੋ ਗਿਆ, ਸੇਮ ਹੀ ਪਰਚਾ ਸਾਡੇ ਤੇ ਕਰਤਾ, ਜਦਕਿ ਹੁਣ ਉਸ ਪਾਰਟੀ ਤੇ ਇਨਕੁਆਇਰੀ ਐਸ ਐਸ ਪੀ ਦੀ ਇਨਕੁਆਇਰੀ ਤੇ ਪਰਚਾ ਹੋਇਆ ਸੀਗਾ। ਜਦੋਂ ਐਸ ਐਸ ਪੀ ਦੀ ਇਨਕੁਆਇਰੀ ਹੁੰਦੀ ਹੈ, ਜੇ ਸਾਡੇ ਤੇ ਪਰਚਾ ਹੋਣਾ ਸੀਗਾ, ਐਸ ਐਸ ਪੀ ਸਾਹਿਬ ਇਨਕੁਆਇਰੀ ਚ ਲਿਖਦੇ ਵੀ ਦੋਨਾਂ ਪਾਰਟੀਆਂ ਦਾ ਕਸੂਰ ਹੈ, ਅਸੀਂ ਦੋਨਾਂ ਪਾਰਟੀਆਂ ਦੇ ਪਰਚਾ ਕਰਤਾ। ਉਹਨਾਂ ਨੇ ਇੱਕ ਪਾਰਟੀ ਤੇ ਪਰਚਾ ਕੀਤਾ ਚਾਰ ਦਿਨ ਬਾਅਦ, ਔਰ ਇਹਨੇ ਇੰਨਾ ਸ਼ਿਕੰਜਾ ਕੱਸਿਆ ਇਹ ਪੁਲਿਸ ਸਾਰੀ ਨੂੰ ਕਰਕੇ, ਕਹਿੰਦਾ ਵੀ ਇਹਨਾਂ ਦੇ ਵਿੱਚੋਂ ਬੰਦੇ ਫੜ ਕੇ ਮੈਂ ਸਮਝੌਤਾ ਕਰਾਉਣਾ ਆ। ਉਸ ਤੋਂ ਬਾਅਦ ਆਹ ਦੇਖੋ ਇਹਨਾਂ ਦੇ ਹਸਬੈਂਡ ਨੂੰ ਦੁਬਾਰਾ ਫਿਰ ਕੁੱਟਿਆ ਗਿਆ, ਕੁੱਟ ਕੇ ਆ ਉਸ ਪਰਚੇ ਦੀ ਕਾਪੀ ਹੈ, ਉਹ ਦੁਬਾਰਾ ਦੋ ਬੰਦਿਆਂ ਨੇ ਫਿਰ ਇਹਨਾਂ ਦੇ ਹਸਬੈਂਡ ਨੂੰ ਘੇਰ ਕੇ ਕੁੱਟਿਆ, ਸਾਰਾ ਪਛਾਣਿਆ ਗਿਆ, ਪਰਚਾ ਕਰਤਾ ਪੁਲਿਸ ਨੇ। ਅੱਜ ਤੱਕ ਕਾਰਵਾਈ ਨਹੀਂ ਹੋਈ, ਕਾਰਵਾਈ ਨਹੀਂ ਹੋਈ, ਨਾ ਚਲਾਨ ਪੇਸ਼ ਹੋਇਆ ਨਾ ਕਾਰਵਾਈ ਹੋਈ। ਨਹੀਂ ਪਰਚਾ ਕਿੱਦਾਂ ਕੀਤਾ ਇਹਨਾਂ ਦੇ ਹਸਬੈਂਡ ਨੇ ਕਰਤਾ ਜਾਂ ਪੁਲਿਸ ਵਾਲੇ ਨੇ? ਇਹਨਾਂ ਦੇ ਹਸਬੈਂਡ ਤੇ ਨਹੀਂ ਕੀਤਾ, ਇਹਨਾਂ ਦੇ ਹਸਬੈਂਡ ਨੂੰ ਦੁਬਾਰਾ ਫੇਰ ਕੁੱਟਿਆ, ਕੁੱਟਣ ਤੋਂ ਬਾਅਦ ਦੁਬਾਰਾ ਫੇਰ ਮਾਮੂਲੀ ਦੀਆਂ ਧਾਰਾ 323-24-25 ਲਾ ਕੇ ਉਹਨਾਂ ਤੇ ਪਰਚਾ ਕਰ ਦਿੱਤਾ। ਜਦੋਂ ਇੱਕ ਵਾਰੀ ਪਰਚਾ ਚੱਲਦਾ ਪਿਆ ਉਹਨਾਂ ਨੇ ਦੁਬਾਰਾ ਕੁੱਟਿਆ, ਤੇ ਤੁਹਾਨੂੰ ਵੀ ਪੱਤਰਕਾਰ ਭਾਈਚਾਰੇ ਨੂੰ ਪਤਾ ਹੀ ਹੋਣਾ ਵੀ ਕਿਹੜੀ ਧਾਰਾ ਲੱਗਦੀ,
ਕਿਹੜੀ ਧਾਰਾ ਲੱਗਦੀ ਹੈ। ਉਸ ਤੋਂ ਬਾਅਦ ਉਹ ਪਰਚਾ ਹੋ ਗਿਆ, ਉਹਦੇ ਤੇ ਕਾਰਵਾਈ ਕੋਈ ਨਹੀਂ ਹੋਈ, ਅੱਜ ਤੱਕ ਵੀ ਕਾਰਵਾਈ ਨਹੀਂ ਹੋਈ, ਚਲਾਨ ਨਹੀਂ ਪੇਸ਼ ਹੋਇਆ। ਤੁਹਾਡਾ ਕੀ ਕਹਿਣ ਦਾ ਮਤਲਬ? ਖਾਨਾ ਪੂਰਤੀ ਹੁੰਦੀ ਹੈ, ਖਾਨਾ ਪੂਰਤੀ ਹੁੰਦੀ ਹੈ, ਖਾਨਾ ਪੂਰਤੀ ਝੂਠੇ ਪਰਚੇ ਕੀਤੇ ਉਹਨੇ, ਇੱਕ ਪਰਚਾ ਇਹ ਕੀਤਾ ਸਾਡੇ ਤੇ, ਇਹਦੇ ਲਈ ਸਾਨੂੰ ਸਮਝੌਤੇ ਨਹੀਂ। ਉਹਨੇ ਮੇਰਾ ਬੇਟਾ ਰੇਲ ਵਿੱਚ ਜੋਬ ਕਰਦਾ, ਉਹਨੂੰ ਵੀ ਕਿਹਾ ਵੀ ਤੂੰ ਸਰਕਾਰੀ ਨੌਕਰੀ ਕਰਦਾ ਆ, ਤੁਸੀਂ ਸਮਝੌਤਾ ਕਰ ਲਓ, ਤੁਸੀਂ ਸਮਝੌਤਾ ਕਰ ਲਓ। ਦੇਖੋ ਉਸ ਤੋਂ ਬਾਅਦ ਉਸ ਬੰਦੇ ਨੇ ਪਿੰਡ 'ਚ ਇੱਕ ਹੋਰ ਲੜਾਈ ਹੋਈ ਨਹੀਂ, ਉਹ ਵੀ ਲੜਾਈ ਪਿੰਡ 'ਚ ਹੋਈ ਨਹੀਂ, ਉਹਦੇ ਵਿੱਚ 107-150 ਦਾ ਆਹ ਕੁੜੀ ਤੇ ਮੇਰੇ ਤੇ ਸਾਰਿਆਂ ਦੀ ਪਰਚਾ ਕਰ ਦਿੱਤਾ, ਇੱਕ ਪਰਚਾ ਹੋਰ ਕਰ ਦਿੱਤਾ। ਜਦਕਿ ਪਿੰਡ ਵਿੱਚ ਜਿੱਥੇ ਮਰਜ਼ੀ ਇਨਵੈਸਟੀਗੇਟ ਕਰ ਲਓ, ਮੈਂ ਪੁਲਿਸ ਆਫਿਸਰਸ ਨੂੰ ਕਹਿੰਦੀ ਇਨਵੈਸਟੀਗੇਟ ਕਰੋ ਸਾਡੇ ਪਿੰਡ 'ਚ ਕੋਈ ਲੜਾਈ ਹੋਈ, ਉਹ ਮੈਂ SSP ਸਾਹਿਬ ਨੇ ਇਨਕੁਆਇਰੀ ਲਾਈ, ਮੁੜ ਕੇ ਕਹਿੰਦੇ ਜੀ ਇਹ ਕੈਂਸਲ ਹੈ, ਅਤੇ ਅੱਜ ਤੱਕ ਉਹ ਕੈਂਸਲ ਨਹੀਂ ਕਰਾਇਆ। ਮੈਂ 22 ਤਰੀਕ ਨੂੰ SDM ਸਾਹਿਬ ਨੂੰ ਦੇਖ ਕੇ, ਮੈਂ DSP ਸਾਹਿਬ ਕੋਲ ਆਈ ਵੀ ਮੈਂ ਤੁਹਾਡੇ ਕੋਲ ਇਨਕੁਆਇਰੀ ਲਾਈ ਸੀ, ਮੈਨੂੰ ਇਨਕੁਆਇਰੀ ਦੀ ਰਿਪੋਰਟ ਦਿਓ। DSP ਸਾਹਿਬ ਕਹਿੰਦੇ ਮੈਡਮ ਉਹ ਕੈਂਸਲ ਕਰਾ ਕੇ ਆਉਂਦਾ, ਬਿਆਨ ਦੇ ਕੇ ਆਉਂਦਾ। ਉਹ SDM ਸਾਹਿਬ ਦੇ ਪੇਜ ਹੋ ਕੇ ਕਹਿੰਦਾ ਜੀ ਇਹਨਾਂ ਨੇ ਤੇ DSP ਕੋਲ ਸਿਫਾਰਿਸ਼ ਕਰਾਈ ਸੀ, DSP ਦਾ ਤੇ ਦਿਮਾਗ ਖਰਾਬ ਹੈ ਕਿਹੜਾ, ਮੈਨੂੰ ਮੈਂ ਹੀ ਪਰਚਾ ਕੀਤਾ, ਮੈਨੂੰ ਹੀ ਕੈਂਸਲ ਕਰਨ ਲਈ ਕਹਿਣ ਦਿਆ। ਇਹ ਇਹ ASI ਦੇ ਬਿਆਨ ਹੈ DSP ਦੇ ਲਈ, SDM ਕੋਰਟ ਦੇ ਵਿੱਚ, DSP ਕੋਰਟ ਦੇ ਵਿੱਚ। ਇਹ ਤੁਸੀਂ ਦੇਖੋ ਝੂਠੇ ਪਰਚੇ ਜਿਹੜੇ ਕਰਨ, ਇਹਨਾਂ ਦੀਆਂ ਛੋਟੀਆਂ ਛੋਟੀਆਂ ਬੱਚੀਆਂ, ਕੋਈ 14 ਸਾਲ ਦੀ, ਕੋਈ 16 ਸਾਲ ਦੀ ਹੈ, 19 ਸਾਲ ਦੀ ਹੈ, ਜਿਹਨਾਂ ਦੇ ਪਰਚੇ ਕੀਤੇ। ਹੁਣ ਤੁਹਾਡੀ ਕੀ ਮੰਗ ਹੈ? ਮੰਗ ਇਹ ਹੀ ਹੈ ਵੀ ਇੱਦਾਂ ਦੇ, ਅਸੀਂ ਤਾਂ ਚਲੋ ਕੋਰਟ 'ਚ ਚਲ ਗਏ, ਸਾਰਾ ਕੁਛ ਹੋ ਗਿਆ, ਪੁਲਿਸ ਅੱਗੇ ਮੇਰੀ ਰਿਕੁਐਸਟ ਹੈ ਇੱਦਾਂ ਦੇ ਪਰਚੇ ਨਹੀਂ ਕਰਨੇ ਚਾਹੀਦੇ, ਕਿਸੇ ਦੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ, ਆਪਾਂ ਸਾਰੇ ਬੱਚਿਆਂ ਵਾਲੇ, ਸਾਰੇ ਬੱਚਿਆਂ ਵਾਲੇ। ਉਸ ਕੰਪਨੀ ਦੇ 4 ਕੁੜੀਆਂ ਨੇ, ਉਹ ਕਿੰਨੇ ਨੇ ਕੇਸ ਲੜ ਲੂਗੀ, ਕੀ ਕਰ ਲੂਗੀ? ਨਾਬਾਲਗ, ਹਾਂਜੀ, 14 ਸਾਲ ਦਾ, 16 ਸਾਲ ਦੇ, ਜਦਕਿ ਉਹਨਾਂ ਨੂੰ ਕੁੱਟਿਆ ਗਿਆ ਜੰਗਲ ਵੱਲੋਂ, SC ਬਰਾਦਰੀ ਦੀਆਂ ਕੁੜੀਆਂ ਕੁੱਟੀਆਂ ਗਈਆਂ, ਜੰਗਲ ਦੇ ਮੁੰਡੇ ਨੇ, ਉਹਨਾਂ ਕੋਲ ਵੀਡੀਓ ਨੇ, ਤੁਸੀਂ ਚਾਹੁੰਦੇ ਹੋ ਤੁਹਾਨੂੰ ਵੀਡੀਓ ਦੇਣ, ਪਿਛਲੇ ਦਿਨਾਂ ਦੇ ਵਿੱਚ ਕਾਫੀ ਲੁੱਟਾ ਖੋਹਾ ਤੇ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਫਲੋਰ ਤੇ ਫਲੋਰ ਦੇ ਲਾਗਲੇ ਪਿੰਡਾਂ ਦੇ ਵਿੱਚ ਵਧੀਆ ਸੀ, ਉਸਦੇ ਚੱਲਦੇ ਅੱਜ ਜਿਹੜਾ ਅੰਬੇਡਕਰ ਪੈਣਾ ਤਹਿਸੀਲ ਪ੍ਰਧਾਨ ਦੀਪਕ ਰਸੂਲਪੁਰੀ ਜੀ ਵੱਲੋਂ ਅੱਜ ਆਪਣੇ ਸੈਂਕੜੇ ਸਾਥੀਆਂ ਦੇ ਨਾਲ DSP ਦਫ਼ਤਰ ਦੇ ਅੱਗੇ ਆ ਜਿਹੜਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ। ਉਹਨਾਂ ਵੱਲੋਂ ਕਿਹਾ ਗਿਆ ਵੀ ਅਸੀਂ ਫਲੋਰ ਦੇ ਵਿੱਚ ਜਿਹੜਾ ਰੋਸ ਮੁਸ਼ਾਇਰਾ ਕਰਾਂਗੇ ਤਾਂ ਪੁਤਲਾ ਜਿਹੜਾ ਫੂਕਾਂਗੇ ਸਾਡੇ ਨਾਲ। ਦੀਪਕ ਰਸੂਲਪੁਰੀ ਜੀ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਕੀ ਸਾਰਾ ਮਾਮਲਾ? ਜੈ ਭੀਮ। ਜੈ ਭੀਮ, ਜੈ ਭਾਤ ਜੀ। ਸਰ, ਅੱਜ ਤੁਸੀਂ ਆਪਣੇ ਸੈਂਕੜੇ ਸਾਥੀਆਂ ਨਾਲ ਇਕੱਠੇ ਹੋਏ ਆ, ਪਤਾ ਲੱਗਾ ਵੀ ਪੁਲਿਸ ਦੇ ਖਿਲਾਫ ਆ ਜਿਹੜਾ ਤੁਸੀਂ ਅੱਜ ਬੰਦੇ ਇਕੱਠੇ ਹੋਏ ਆ, ਕੀ ਸਾਰਾ ਮਾਮਲਾ? ਜੇਕਰ ਫਲੋਰ ਸ਼ਹਿਰ ਇਲਾਕੇ ਸਬ ਡਿਵੀਜ਼ਨ ਦੀ ਫਲੋਰ ਪੁਲਿਸ ਆ, ਉਹ ਸਾਡੀਆਂ ਸੁਰੱਖਿਆ ਲਈ ਬਣੀ ਆ, ਸਾਡੀਆਂ ਜਿਹੜੀਆਂ ਸੇਫਟੀ ਲਈ ਬਣੀ ਆ, ਪਰ ਜੇਕਰ ਪੁਲਿਸ ਪ੍ਰਸ਼ਾਸਨ ਦੇ ਹੁੰਦਿਆਂ ਹੋਇਆਂ ਸ਼ਹਿਰ ਦੇ ਵਿੱਚ ਨਿੱਤ ਜਿਹੜੀਆਂ ਨਵੀਆਂ ਜਿਹੜੀਆਂ ਵਾਰਦਾਤਾਂ, ਸਨੈਚਿੰਗ, ਨਸ਼ਾ ਤਸਕਰਾਂ ਦਾ ਜਿਹੜਾ ਵੱਡੇ ਪੱਧਰ 'ਤੇ ਬੋਲਬਾਲਾ ਆ, ਸੋ ਉਹਦੇ ਰੋਸ ਵਜੋਂ ਅੱਜ ਅਸੀਂ ਅੰਬੇਡਕਰ ਸੈਨਾ ਪੰਜਾਬ ਤਹਿਸੀਲ ਫਲੋਰ ਵੱਲੋਂ ਵੱਡੇ ਪੱਧਰ 'ਤੇ ਸ਼ਹਿਰ ਦੇ ਵਿੱਚ ਅਰਥੀ ਫੂਕ ਜਿਹੜਾ ਮੁਜ਼ਾਹਰਾ ਰੱਖਿਆ ਸੀ, ਰੋਸ ਮਾਰਚ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ 'ਚ ਉਹ ਕਰਨਾ ਸੀ। ਸੋ ਅੱਜ ਮਾਨਯੋਗ DSP ਫਲੋਰ ਸਾਹਿਬ ਨੇ ਭਰੋਸਾ ਦਿੱਤਾ ਕਿ ਜਿਹੜਾ ਚੌਂਕੀ ਇੰਚਾਰਜ ਅਪਰਾ ਭੁਪਿੰਦਰ ਸਿੰਘ ਮੁਲਤਾਨੀ, ਉਹਨਾਂ ਨੂੰ ਜਿਹੜਾ ਲੈਣ ਹਾਜ਼ਰ ਕਰ ਦਿੱਤਾ ਗਿਆ। ਸੋ ਇਹ ਹਲਕੇ ਇਲਾਕਾ ਅਪਰੇ ਦੀ ਜਿਹੜੀ ਵੱਡੀ ਮੰਗ ਸੀ, ਸੋ ਇਸ ਤਰ੍ਹਾਂ ਜਿਹੜਾ ਲੁੱਟਾਂ ਖੋਹਾਂ ਨੂੰ ਨੱਥ ਪਾਉਣ ਲਈ ਅੱਜ ਅਸੀਂ ਜਿਹੜਾ ਇੱਥੇ DSP ਦਫ਼ਤਰ ਫਲੋਰ ਵਿਖੇ ਇਕੱਠੇ ਹੋਏ ਸੀ। ਇੱਕ ਦੀਪਕ ਜੀ, ਅਸੀਂ ਹੁਣੇ ਸੁਣਿਆ ਇੱਕ ਲੇਡੀਜ਼ ਇੱਥੇ ਦੱਸ ਰਹੇ ਸੀ ਵੀ ਉਹਨਾਂ ਉੱਤੇ ਵੀ ਆ ਜਿਹੜੇ ਝੂਠੇ ਮੁਕੱਦਮੇ ਬਣਾ ਦਿੱਤੇ ਗਏ ਆ, ਜਦਕਿ ਲੜਾਈ ਹੋਈ ਸੀਗੀ ਉਹਨਾਂ ਵੱਲੋਂ ਪਰਚੇ ਦਿੱਤੇ ਗਏ ਆ, ਉਲਟਾ ਉਹਨਾਂ 'ਤੇ 6 ਮਹੀਨੇ ਬਾਅਦ ਪਰਚਾ ਕਰ ਦਿੱਤਾ, ਕੀ ਕਰਨ? ਸੋ ਮੈਂ ਇਹ ਮਾਨਯੋਗ ਸਾਡੇ SSP ਜ਼ਿਲ੍ਹਾ ਜਨਰਲ ਦਿਹਾਤੀ ਜੀ
ਬੜੇ ਕਾਬਲ ਅਫਸਰ ਆ ਜਿਹੜੇ ਖੱਟ ਸਾਹਿਬ, ਉਹ ਨਵੇਂ ਪੋਸਟਡ ਹੋਏ ਆ ਇੱਥੇ ਸਾਡੇ ਬਲ ਸਾਹਿਬ ਜਿਹੜੇ DSP ਫਲੌਰ ਸਾਹਿਬ ਹੋਏ, ਉਹਨਾਂ ਦੇ ਮਸਲੇ ਸਾਰੇ ਜਿਹੜੇ ਧਿਆਨ 'ਚ ਲਿਆਉਂਦੇ ਆ। ਸਾਨੂੰ ਆਸ ਔਰ ਉਮੀਦ ਆ ਕਿ ਜਿਹੜੇ ਇਹ ਝੂਠੇ ਪਰਚੇ ਜਿਹੜੇ ਹੋਏ ਆ ਉਹਨਾਂ ਦੇ ਦੁਆਰਾ ਜਿਹੜਾ ਇਨਕੁਆਇਰੀ ਅਸੀਂ ਉਹ ਲਾ ਕੇ ਇਹ ਤਸਦੀਕ ਕਰਕੇ ਇਹਨਾਂ ਨੇ ਵਿਸ਼ਵਾਸ ਦਵਾਇਆ ਸੀ ਜਿਹੜੇ ਨਾਬਾਲਗ ਬੱਚੀਆਂ 'ਤੇ ਇਹਨਾਂ ਨੇ ਝੂਠਾ ਮੁਕੱਦਮਾ ਦਿੱਤਾ ਉਹਨੂੰ ਕੈਂਸਲ ਕਰਨਗੇ। ਸੋ ਇੱਕ ਬੱਚੀ ਆ ਸਾਡੇ ਅਪਰੇ ਦੀ ਲੜਾਈ ਹੋਈ ਸੀ ਜਿਹੜੀ 8ਵੀਂ ਕਲਾਸ 'ਚ ਪੜ੍ਹਦੀ ਆ, 2-3 ਬੱਚੀਆਂ 'ਤੇ ਵੀ ਜਿਹੜਾ ਉਹ ਝੂਠਾ ਮੁਕੱਦਮਾ ਜਿਹੜਾ ਦੇ ਦਿੱਤਾ ਅਪਰਾ ਪੁਲਿਸ ਵੱਲੋਂ, ਉਹਦੇ ਵੱਲੋਂ ਰੋਸ ਵਜੋਂ ਵੀ ਜਿਹੜੀਆਂ ਉਹਨਾਂ ਦੀਆਂ ਬੱਚਿਆਂ ਦੇ ਪੇਰੈਂਟਸ ਉਹ ਵੀ ਇੱਥੇ ਪਹੁੰਚੇ। ਹਾਂ, ਤੁਹਾਡੇ ਵੱਲੋਂ ਅੱਜ ਜਿਹੜਾ ਪੁਤਲਾ ਫੂਕਣ ਦਾ ਸੀਗਾ ਪ੍ਰਦਰਸ਼ਨ ਕਰਨਾ ਸੀਗਾ, ਹੁਣ ਤੁਹਾਡੀ DSP ਸਾਹਿਬ ਨਾਲ ਗੱਲਬਾਤ ਹੋਈ ਆ, ਕੀ ਆਸ਼ਵਾਸਨ? ਮੰਨ ਲਓ DSP ਬਲ ਸਾਹਿਬ ਜਿਹੜੇ ਕਾਫੀ ਜਿਹੜੇ ਕਾਬਲ ਅਫਸਰ ਆ, ਸੋ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਅੱਜ ਤੋਂ ਬਾਅਦ ਤੁਹਾਨੂੰ ਕੁਛ ਵੱਖਰਾ ਜਿਹੜਾ ਉਹ ਦੇਖਣ ਨੂੰ ਮਿਲੂਗਾ, ਹਲਕੇ ਦੇ ਵਿੱਚ ਜਿਹੜਾ ਉਹ ਵਧੀਆ ਜਿਹੜਾ ਲਾਅ ਐਂਡ ਆਰਡਰ ਤੁਹਾਨੂੰ ਮਿਲੂਗਾ। ਸੋ ਅਸੀਂ ਮਾਨਯੋਗ DSP ਫਲੌਰ ਸਾਹਿਬ ਦਾ ਧੰਨਵਾਦ ਕਰਦੇ ਹਾਂ। ਸੋ ਨਾਲ ਹੀ ਮੈਂ ਤੁਹਾਡੇ ਮਾਧਿਅਮ ਰਾਹੀਂ ਫਲੌਰ ਲਾਈਵ ਦੇ ਜਿੰਨੇ ਵੀ ਤਮਾਮ ਦਰਸ਼ਕਾਂ ਦਾ ਅਤੇ ਤੁਹਾਡਾ ਸਪੈਸ਼ਲੀ ਧੰਨਵਾਦ, ਜੋ ਸਾਡੀ ਹੱਕ ਔਰ ਸੱਚ ਦੀ ਆਵਾਜ਼ ਨੂੰ ਜਿਹੜਾ ਤੁਸੀਂ ਪਬਲਿਕ ਦੇ ਵਿੱਚ ਲੈ ਕੇ ਜਾਂਦੇ ਹਾਂ। ਸੋ ਮੈਂ ਤੁਹਾਡੇ ਮਾਧਿਅਮ ਤੋਂ ਮਾਨਯੋਗ ਜਿਹੜੇ SSP ਜ਼ਿਲ੍ਹਾ ਜਨਰਲ ਦਿਹਾਤੀ ਜੀ ਉਹਨਾਂ ਨੂੰ ਮੰਗ ਕਰਦਾ ਕਿ ਸਾਡੇ ਫਲੌਰ ਹਲਕੇ ਦੇ ਵਿੱਚ ਕੁਛ ਕਾਬਿਲ ਅਫਸਰਾਂ ਦੀ ਜਿਹੜੀ ਤੈਨਾਤੀ ਕੀਤੀ ਜਾਵੇ ਤਾਂ ਜੋ ਇਹ ਲੁੱਟਾਂ ਖੋਹਾਂ ਸਨੈਚਿੰਗ ਨਸ਼ਾ ਤਸਕਰਾਂ ਦਾ ਬੋਲਬਾਲਾ ਇਹਨੂੰ ਜਿਹੜਾ ਨੱਥ ਪਾਈ ਸਕੇ। ਸੋ ਬੜੇ ਕਾਬਿਲ ਅਫਸਰ ਆ, ਜ਼ਰੂਰ ਸਾਡੇ ਇਸ ਰੋਸ ਮਾਰਚ ਨੂੰ ਦੇਖਦੇ ਹੋਏ ਉਹ ਇਹ ਜ਼ਰੂਰ ਧਿਆਨ ਦੇਣਗੇ। ਸੋ ਇਹ ਜਿਹੜੇ ਮਸਲੇ ਮੈਨੂੰ ਆਸ ਔਰ ਉਮੀਦ ਆ ਕਿ ਜ਼ਰੂਰ ਹੱਲ ਹੋਊ। ਇਹ ਸਨ ਸਾਡੇ ਨਾਲ ਅੰਬੇਦਕਰ ਸੈਨਾ ਦੇ ਤਹਿਸੀਲ ਪ੍ਰਧਾਨ ਦੀਪਕ ਰਸੂਲਪੁਰੀ ਜੀ, ਜਿਨ੍ਹਾਂ ਵੱਲੋਂ ਕਿਹਾ ਗਿਆ ਵੀ ਸਾਡੀ DSP ਸਾਹਿਬ ਨਾਲ ਗੱਲਬਾਤ ਹੋਈ ਆ, ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਵੀ ਅੱਜ ਜਿਹੜਾ ਫਲੋਰ ਦੇ ਵਿੱਚ ਆ ਰੋਸ ਮੁਜ਼ਾਹਰਾ ਕਰਕੇ ਆ ਜਿਹੜਾ ਪੁਤਲਾ ਫੂਕਿਆ ਜਾਵੇਗਾ। ਅੰਬੇਦਕਰ ਸੈਨਾ ਪੰਜਾਬ ਵੱਲੋਂ ਜਿਹੜਾ ਸੀ ਇਹ ਅੱਜ ਮੇਰੇ ਆਫਿਸ ਦੇ ਬਾਹਰ ਇਕੱਠੇ ਹੋ ਕੇ ਇਹਨਾਂ ਨੇ ਆਪਣੀਆਂ ਕੁਝ ਮੰਗਾਂ ਰੱਖੀਆਂ ਨੇ, ਜਿਸ ਸੰਬੰਧ ਵਿੱਚ ਚੌਕੀ ਜਾਂ ਜਪਰੇ ਦੇ ਖਿਲਾਫ ਸਨ ਕੁਝ, ਉਹਨਾਂ ਨੂੰ ਅਸੀਂ ਆਲਰੇਡੀ ਹੀ ਜਿਹੜਾ ਸੀ ਉਹਦੇ ਬਰਖਿਲਾਫ ਕੁਛ ਸ਼ਿਕਾਇਤਾਂ ਸਨ ਅਤੇ ਸਾਡੇ ਮਾਨਯੋਗ SSP ਸਾਹਿਬ ਨੇ ਉਹਨਾਂ ਨੂੰ ਪਰਸੋਂ ਰਾਤ ਨੂੰ ਹੀ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਹੈਗਾ। ਕੁਝ ਇਹਨਾਂ ਦੀਆਂ ਮੰਗਾਂ ਨੇ, 4-5 ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਸਾਡੇ ਕੋਲ, ਕੁਝ ਪੁਰਾਣੇ ਮੁਕੱਦਮੇ ਨੇ ਉਹ ਅਦਾਲਤ 'ਚ ਨਹੀਂ ਦਿੱਤੇ ਗਏ, 1-2 ਚੋਰੀਆਂ ਦੇ ਸੰਬੰਧਿਤ ਇਹਨਾਂ ਨੇ ਗੱਲ ਕੀਤੀ ਆ। ਇਹ ਸਾਰਾ ਹੀ ਜਿਹੜਾ ਇਹਨਾਂ ਨੂੰ ਵਿਦਨ, ਇਹਨਾਂ ਦਾ ਮੈਂ ਪ੍ਰੋਮਿਸ ਕੀਤਾ ਵੀ ਵਿਦਨ ਵੀਕ ਇਹ ਜਿਹੜਾ ਕੰਮ ਆ ਸਾਰਾ ਖਤਮ ਕਰਤਾ ਜਾਵੇਗਾ, ਕਿਉਂਕਿ ਮੇਰੀ ਪੋਸਟਿੰਗ ਵੀ ਹਜੇ 10 ਦਿਨ ਪਹਿਲਾਂ ਹੀ ਇੱਥੇ ਹੋਈ, 8-9 ਦਿਨ ਹੋਏ ਨੇ, ਅਤੇ ਇਹਨਾਂ ਦੀਆਂ ਮੈਂ ਗਰੈਂਸਾਂ ਸੁਣ ਲਈਆਂ, ਉਹਨਾਂ ਨੂੰ ਮੈਂ ਹੱਲ ਕਰਾਂਗਾ। ਕੰਪਲੇਂਟ ਲੈ ਕੇ ਮਾਨਯੋਗ SDM ਸਾਹਿਬ ਕੋਲ ਭੇਜ ਦਿੱਤੀ ਜਾਵੇਗੀ, ਉਹ ਵੀ ਮਸਲਾ ਹੱਲ ਕਰਦਾ ਜਾਵੇ। ਪਰ ਇਹਨਾਂ ਨੂੰ DSP ਸਾਹਿਬ ਜਿਹੜੇ SS ਬਲਜੀ ਆ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਵੀ ਜਲਦੀ ਆ ਜਿਹੜਾ ਤੁਹਾਡੇ ਜਿਹੜੇ ਮਸਲੇ ਆ ਉਹਨਾਂ ਦੇ ਉੱਤੇ ਆ ਜਿਹੜਾ ਬੂਰ ਚਾੜਿਆ ਜਾਵੇਗਾ, ਵੀ 1 ਹਫ਼ਤੇ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ਼ ਆ ਜਿਹੜੀ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੈਂ ਫਲੋਰ ਤੋਂ ਕੈਮਰਾਮੈਨ ਵਿਜੇ ਮਾਨ ਦੇ ਨਾਲ ਮੋਨੂ ਸੰਧੀ।